ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਜਾ ਰਹੇ ਹਾਂ ਬਸੰਤ ਪੰਚਮੀ ਦੇ ਮੇਲੇ 'ਤੇ, ਗੁਰਦੁਆਰਾ ਬਾਬਾ ਬੁੱਢਾ ਜੀ ਦਕੋਆ ਵਿਖੇ। ਹੁਣ ਅਸੀਂ ਪਹੁੰਚ ਗਏ ਰਾਮਾ ਮੰਡੀ। ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ 10 ਤੋਂ 15 ਮਿੰਟ ਦੀ ਹੈ। ਭੱਠੇ ਤੇ ਰੁਕੇ ਜੀ, ਮੁੰਡੇ ਕਹਿੰਦੇ ਗੁੜ ਖਾਣਾ ਖਾਸ ਸਵਾਦ ਦੇਖਣ ਨੂੰ। ਹਾਂਜੀ ਹਾਂਜੀ, ਬਾਕੀ ਸਾਨੂੰ ਇੱਕ ਇੱਕ ਪਿੱਛੇ ਵੀ ਦੇ ਦਿੰਦੇ ਆ, ਕਹਿੰਦੇ ਚੈੱਕ ਕਰੋ ਜੀ। ਅੱਜ ਅਸੀਂ ਆਏ ਜੀ ਪਲੈਟੀਨਾ ਦੇ, ਰੱਖ ਗਿਆ ਜੀ। ਉਹ ਪੀਸੀਆਂ ਜੀ ਗਰਮ ਗਰਮ ਹੁਣ ਨਿਕਲੀਆਂ। ਰੋਜ਼ ਮੁੰਡੇ ਗਰਮ ਗਰਮ ਗੁੜ ਖਾ ਰਹੇ ਆ। ਗੁੜ ਖਾਣ ਤੋਂ ਬਾਅਦ ਜੀ ਅਸੀਂ ਨਿਕਲ ਗਏ ਗੁਰਦੁਆਰਾ ਸਾਹਿਬ ਵੱਲ। ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ। ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਵੀਡੀਓ। ਸੰਗਤ ਬਹੁਤ ਦੂਰੋਂ ਦੂਰੋਂ ਆਈ ਹੋਈ ਸੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੁੱਖ ਅਸਥਾਨ। ਮਿੱਟੀ ਵੀ ਜਦੋਂ ਤੇਜ਼ ਹਵਾ ਚੱਲਦੀ ਹੈ ਨਾ, ਉੱਡ ਕੇ ਲੋਕਾਂ ਦੇ ਪੁਸ਼ਾਕਾਂ ਤੇ ਅੰਗਾਂ ਤੇ ਪੈ ਜਾਂਦੀ ਹੈ, ਇਹ ਵੀ ਨੁਕਸਾਨ ਕਰ। ਅਖੀਰ ਤੇ ਆ ਕੇ ਬੋਲ ਗਿਆ, ਕਹਿਣ ਲੱਗੇ ਹਰ ਜਨ ਐਸਾ ਚਾਹੀਏ ਜੈਸਾ ਹਰਿ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋਲ। ਮੱਥਾ ਟੇਕਣ ਤੋਂ ਬਾਅਦ ਜੀ ਅਸੀਂ ਆ ਗਏ ਬਾਜ਼ਾਰ ਵਿੱਚ, ਅਤੇ ਬਾਜ਼ਾਰ 'ਚ ਆ ਕੇ ਮੁੰਡਾ ਕਹਿੰਦਾ ਮੈਂ ਸ਼ੋਪਿੰਗ ਕਰਨੀ ਹੈ, ਅਤੇ ਮੁੰਡੇ ਨੇ ਲਿਆ ਫਿਰ ਜੀ ਡਮਰੂ ਵਾਲਾ ਛੱਲਾ, ਅਤੇ ਛੱਲਾ ਦੇਖੋ ਜੀ ਮੁੰਡੇ ਦਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਬਾਜ਼ਾਰ ਵਿੱਚ ਘੁੰਮਦੇ ਫਿਰਦੇ ਰਹੇ।
ਇੱਧਰ ਆ ਗਏ ਫਿਰ ਮਿੱਕੀ ਮਾਊਸ ਹੋਣੀ ਅਤੇ ਨਿਆਣੇ ਕਾਫੀ ਇੰਜੋਇਮੈਂਟ ਕਰਦੇ ਸੀ, ਟੱਪਣ ਨੱਚਣ ਡੇ ਸੀ। ਇੱਕ ਵਾਰ ਅਸੀਂ ਫਿਰ ਬੜੇ ਬਾਜ਼ਾਰ 'ਚ, ਬਾਜ਼ਾਰ 'ਚ ਸਮਾਨ ਕਾਫੀ ਸਸਤਾ ਸੀ ਅਤੇ ਵਧੀਆ ਸੀ। ਬਾਕੀ ਇੱਧਰ ਜੀ ਅੰਬੀਪ ਵਾਲੀ ਸੇਲ, ਅਤੇ ਇੱਧਰ ਵੀ ਸਮਾਨ ਕਾਫੀ ਸੀ ਵਧੀਆ, ਅਤੇ ਬਾਕੀ ਤੁਸੀਂ ਦੇਖੋ ਇੰਜੋਏ ਕਰੋ। ਚਾਹ ਪੀਣ ਤੋਂ ਬਾਅਦ ਮੁੰਡਿਆਂ ਨੇ ਖਾਧੇ ਬਰਗਰ। ਬਰਗਰ ਖਾਣ ਤੋਂ ਬਾਅਦ ਬੰਦਾ ਸਾਡਾ ਗਿਆ ਸੀ ਗਵਾਚ ਜੀ, ਇਹ ਸਾਨੂੰ ਲੱਭਾ ਘੰਟੇ ਬਾਅਦ। ਮੇਲਾ ਦੇਖਣ ਤੋਂ ਬਾਅਦ ਅਸੀਂ ਪਾਲੇ ਘਰ ਨੂੰ ਚੱਲੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ। ਧੰਨਵਾਦ ਜੀ ਸਾਰਿਆਂ।